ਇਹ ਤਸਵੀਰਾਂ ਭਵਾਨੀਗੜ੍ਹ ਤਹਿਸੀਲ ਕੰਪਲੈਕਸ ਦੀਆਂ ਨੇ ਜਿੱਥੇ ਰਜਿਸਟਰੀਆਂ ਕਰਵਾਉਣ ਆਏ ਲੋਕਾਂ ਦੀ ਭੀੜ ਲੱਗੀ ਹੋਈ ਹੈ। ਉੱਪਰੋਂ ਸਿਖਰ ਦੁਪਹਿਰਾ ਵੀ ਢਲ ਚੁੱਕਿਆ ਪਰ ਜਨਾਬ ਤਹਿਸੀਲਦਾਰ ਦੇ 15 ਮਿੰਟ ਪੂਰੇ ਨਹੀਂ ਹੋਏ। ਜੀ ਹਾਂ, ਲੋਕਾਂ ਮੁਤਾਬਕ ਦੱਸਿਆ ਜਾ ਰਿਹਾ ਕਿ ਤਹਿਸੀਲਦਾਰ ਸਾਹਿਬ 15 ਮਿੰਟ ਕਹਿ ਕੇ ਸਵੇਰੇ ਫਰਲੋ 'ਤੇ ਨਿਕਲ ਗਏ ਸਨ, ਜਿਨ੍ਹਾਂ ਦਾ ਇੰਤਜ਼ਾਰ ਕਰਦੇ ਕਰਦੇ ਸਵੇਰ ਤੋਂ ਸ਼ਾਮ ਹੋ ਗਈ, ਦਿਨ ਢਲ ਗਿਆ ਪਰ ਤਹਿਸੀਲਦਾਰ ਸਾਹਿਬ ਵਾਪਸ ਨਹੀਂ ਪਰਤੇ। ਜਿਸ ਤੋਂ ਬਾਅਦ ਖੱਜਲ ਖੁਆਰ ਹੋਏ ਲੋਕਾਂ ਦਾ ਸਬਰਾਂ ਦਾ ਬੰਨ ਟੁੱਟਿਆ ਅਤੇ ਫਿਰ ਅੱਕੇ ਹੋਏ ਲੋਕਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ਼ ਮੁਰਦਾਬਾਦ ਦੇ ਨਾਅਰੇ ਲਗਾ ਦਿੱਤੇ। ਇਸ ਦੇ ਨਾਲ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਹੋਰਾਂ 'ਤੇ ਜੰਮ ਕੇ ਭੜਾਸ ਕੱਢੀ ਹੈ, ਕਿਉਂਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਪੰਜਾਬ ਦੇ ਲੋਕਾਂ ਦਾ ਹੁਣ ਘਰ ਬੈਠ ਕੇ ਹੀ ਕੰਮ ਹੋਵੇਗਾ, ਸਰਕਾਰੀ ਸੇਵਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ, ਉਹ ਵੀ ਫੋਨ ਉੱਤੇ। ਸਮਾਂ ਤੁਹਾਡਾ? ਹਰਭਜਨ ਸਿੰਘ ਹੈਪੀ ਜੀ। ਹਰਭਜਨ, ਕੀ ਗੱਲ ਹੈ ਜਿਹੜੀ ਤਹਿਸੀਲਦਾਰ ਦੇ ਦਫ਼ਤਰ ਮੂਹਰੇ ਨਾਅਰੇਬਾਜ਼ੀ ਕਰ ਰਹੇ ਤੁਸੀਂ? ਇਹ ਵੀਰ ਜੀ, ਦੇਖੋ ਹੁਣ ਤਕਰੀਬਨ ਸ਼ਾਮ ਦੇ ਜਿਹੜੇ ਹੈਗੇ ਨੇ ਜੀ 7 ਵਜਣ 'ਤੇ ਆ ਗਏ, 6:35 ਮਿੰਟ ਹੋ ਚੁੱਕੇ ਨੇ, ਪਰ ਜਿਹੜਾ ਸਾਡੇ ਭਵਾਨੀਗੜ੍ਹ ਦਾ ਤਹਿਸੀਲਦਾਰ ਹੈ ਜੀ, ਉਹ ਸਵੇਰ ਤੋਂ ਲੋਕ ਇੱਥੇ 80-80 ਸਾਲ ਦੇ ਬਜ਼ੁਰਗ ਮਾਈਆਂ ਬੈਠੀਆਂ ਨੇ ਗੀਆਂ ਰਜਿਸਟਰੀ ਕਰਵਾਉਣ ਵਾਸਤੇ, ਕਿਸੇ ਦੀ ਰਜਿਸਟਰੀ ਆ, ਕਿਸੇ ਦੀ ਪਾਵਰ ਆਫ ਅਟੋਰਨੀ ਆ, ਵੱਖ ਵੱਖ ਤਰ੍ਹਾਂ ਦੇ ਕੰਮ ਲੈ ਕੇ ਲੋਕ ਆਏ ਨੇਗੇ, ਪਰ ਤਹਿਸੀਲਦਾਰ ਸਾਹਿਬ ਨੂੰ ਜਦੋਂ ਤੋਂ ਸਵੇਰ ਤੋਂ ਫੋਨ 'ਤੇ ਗੱਲ ਹੁੰਦੀ ਆ ਤਾਂ 10 ਮਿੰਟ ਦਾ ਲਾਰਾ ਲੱਗ ਰਿਹਾ ਹੈਗਾ, 10 ਵਜੇ ਤੋਂ 10 ਮਿੰਟ ਦਾ ਲਾਰਾ ਲੱਗ ਰਿਹਾ, ਹੁਣ ਤੱਕ ਉਹਨਾਂ ਦੇ 10 ਨਹੀਂ ਵਜੇ ਹੈਗੇ। ਸੋ ਇਹ ਵੱਡਾ ਕਾਰਨ ਹੈਗਾ। ਹੁਣ ਟਾਈਮ ਹੈ ਜਿਹੜਾ ਤਕਰੀਬਨ ਆਊਟ ਆਫ ਡਿਊਟੀ ਹੋ ਚੁੱਕਿਆ। ਬਿਲਕੁਲ ਜੀ। ਕੀ ਲੱਗਦਾ ਤੁਹਾਨੂੰ? ਸਾਡੀ 15 ਮਿੰਟ ਪਹਿਲਾਂ ਵੀ ਤਹਿਸੀਲਦਾਰ ਸਾਹਿਬ ਨਾਲ ਗੱਲ ਹੋਈ ਆ, ਉਹ ਕਹਿੰਦੇ ਮੈਂ 10 ਮਿੰਟਾਂ 'ਚ ਆ ਗਿਆ। ਸਵੇਰ ਦੇ 10 ਵਜੇ ਤੋਂ ਉਹ 10 ਮਿੰਟ ਦਾ ਲਾਰਾ ਲਾ ਰਹੇ ਨੇਗੇ, ਜਦਕਿ ਸਾਡੇ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਭਗਵੰਤ ਸਿੰਘ ਮਾਨ, ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਆਈ ਸੀ ਵੀ ਤਹਿਸੀਲਦਾਰ ਜਿਹੜੇ ਨੇਗੇ, DC ਜਿਹੜੇ ਨੇਗੇ, ਉਹ ਪਿੰਡਾਂ ਦੇ ਵਿੱਚ ਜਾ ਕੇ, ਘਰਾਂ ਦੇ ਵਿੱਚ ਜਾ ਕੇ, ਤੁਹਾਡੇ ਪਿੰਡਾਂ ਦੀਆਂ ਸੱਥਾਂ 'ਚ ਜਾ ਕੇ ਰਜਿਸਟਰੀਆਂ ਕਰਨਗੇ, ਤੁਹਾਡੇ ਲੋੜੀਂ ਦੇ ਕੰਮ ਜਿਹੜੇ ਨੇ ਤੁਹਾਡੇ ਘਰੇ ਬੈਠਿਆਂ ਦੇ ਹੋਣਗੇ। ਪਰ ਸਾਡੇ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਆ ਵੀ ਜਿਹੜੇ ਇੱਥੇ ਦਫ਼ਤਰ ਬਣੇ ਹੋਏ ਨੇ ਤਹਿਸੀਲਦਾਰ ਦਫ਼ਤਰ, ਜਿੱਥੇ ਕਿ ਕੰਮ ਹੋਣਾ ਹੈਗਾ ਉੱਥੇ ਵੀ ਕੰਮ ਨਹੀਂ ਹੋ ਰਹੇ। ਉੱਥੇ ਅੱਜ ਜਿਹੜਾ ਨਾਇਬ ਤਹਿਸੀਲਦਾਰ ਆਸ਼ੂ ਪ੍ਰਭਾਸ ਜੋਸ਼ੀ ਸੀ, ਉਹ ਸਵੇਰ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਆਪਣੇ ਰੂਮ ਦੇ ਵਿੱਚ AC ਦੀ ਠੰਡੀ ਹਵਾ ਖਾ ਕੇ ਇੱਥੋਂ ਮੁੜ ਕੇ ਚਲਿਆ ਗਿਆ, ਜਦਕਿ ਆਹ 80-80 ਸਾਲ ਦੇ ਬਜ਼ੁਰਗ ਆ ਮਾਈਆਂ ਪਿੱਛੇ ਖੜੀਆਂ ਨੇ, ਛੋਟੇ ਛੋਟੇ ਬੱਚਿਆਂ ਨੂੰ, ਕਿਸੇ ਦਾ ਬੱਚਾ ਨਾਲ ਆ, ਕਿਸੇ ਦਾ ਬੱਚਾ ਘਰੇ ਬੈਠਾ ਹੈਗਾ ਜੀ ਰਜਿਸਟਰੀ ਆ, ਤਾਂ ਉਹ ਕਹਿ ਦਿੰਦਾ ਸੀ ਮੇਰੀ ਡਿਊਟੀ ਨਹੀਂ। ਜੇ ਭਾਈ ਤੇਰੀ ਡਿਊਟੀ ਨਹੀਂ ਹੈਗੀ ਫਿਰ ਤੂੰ ਇੱਥੇ ਇਕੱਲੀ ਹਵਾ ਖਾਣਾ ਆ, ਫਿਰ ਇੱਥੇ ਆਏ ਹੀ ਕੀ ਕਰਨਾ? ਅੱਜ ਤੇਰੀ ਡਿਊਟੀ ਨਹੀਂ ਸੀ, ਤੇਰਾ ਆਉਣਾ ਹੀ ਨਹੀਂ ਬਣਦਾ ਸੀ। ਕੀ ਡਿਮਾਂਡ ਕੀ ਰੱਖਦੇ? ਡਿਮਾਂਡ ਇਹ ਹੈ ਜੀ ਵੀ ਲੋਕਾਂ ਦੀ ਖੱਜਲ ਖੁਆਰੀ ਆ ਜਿਹੜੀ ਉਹ ਬੰਦ ਕੀਤੀ ਜਾਵੇ, ਲੋਕਾਂ ਨੂੰ ਜਿਹੜਾ ਲਾਰੇ ਲਾਊ ਲਾ ਕੇ ਟਾਈਮ ਟਪਾਇਆ ਜਾਂਦਾ ਉਹ ਟਾਈਮ ਟਪਾਉਣਾ ਬੰਦ ਕਰਿਆ ਜਾਵੇ, ਇਹਨਾਂ ਦਾ ਟਾਈਮ ਸਿਰ ਕੰਮ ਹੋਵੇ। ਸਾਨੂੰ ਲੋੜ ਨਹੀਂ ਵੀ ਪਿੰਡਾਂ ਦੀਆਂ ਸੱਥਾਂ 'ਚ ਅਫਸਰ ਆਉਣ, ਸਾਨੂੰ ਲੋੜ ਆ ਵੀ ਸਾਡੇ ਦਫ਼ਤਰਾਂ 'ਚ ਆ ਕੇ ਟਾਈਮ ਸਿਰ ਕੰਮ ਹੋ ਜਾਣ, ਸਾਡੀ ਇਹੀ ਮੰਗ ਆ। ਜੀਵਨ ਸਿੰਘ ਜੀ, ਸਕਰੌਦੀ ਤੋਂ। ਜੀਵਨ, ਕੀ ਸਮੱਸਿਆ ਆਈ ਆ ਜਿਹੜੀ ਇੱਥੇ ਤੁਹਾਨੂੰ ਨਾਅਰੇਬਾਜ਼ੀ ਕਰਨੀ ਪਈ? ਸਮੱਸਿਆ ਤਾਂ 10 ਵਜੇ 'ਤੇ ਆਇਆ ਸਵੇਰ ਦਾ, ਜਦੋਂ ਵੀ ਤਹਿਸੀਲਦਾਰ ਸਾਹਿਬ ਨੂੰ ਫੋਨ ਕਰਦੇ ਹੈਗੇ, ਕਹਿੰਦੇ 10 ਮਿੰਟ 'ਚ ਆਏ ਅਸੀਂ, ਅਤੇ ਤੁਸੀਂ ਐਂ ਲਾ ਲਓ ਵੀ ਅਸੀਂ ਤੜਕੇ ਦੇ ਲਾਰੀ ਸੁਣ ਰਹੇ ਉਹਨਾਂ ਦੀ। ਕਿੰਨੇ ਵਾਰੀ ਫੋਨ ਕੀਤਾ ਤੁਸੀਂ ਤਹਿਸੀਲਦਾਰ ਸਾਹਿਬ ਨੂੰ ਸਵੇਰ? ਅਸੀਂ ਤਾਂ 1 ਵਾਰ ਕੀਤਾ ਹੈਗਾ, ਬਾਕੀ ਹੋਰ ਜਿਹੜੇ ਮੁਲਾਜ਼ਮ ਤੇ ਉਹਨਾਂ ਨੂੰ ਮਿਲਦੇ ਤੇ ਉਹ ਵੀ ਇਹੀ ਕਹਿੰਦੇ ਬਸ 10 ਮਿੰਟ ਤੱਕ ਆਏ ਜੀ, 10 ਮਿੰਟ ਤੱਕ ਆਏ, ਅਸੀਂ ਫੋਨ ਕਰਕੇ ਹਟਿਆ ਹੁਣੇ। ਅਸੀਂ ਉੱਧਰ ਦੂਜੇ ਤਹਿਸੀਲਦਾਰ ਨੂੰ ਮਿਲੇ ਤੇ ਗਏ, ਉਹਨਾਂ ਨੂੰ ਆਖਿਆ, ਉਹ ਕਹਿੰਦੇ ਮੇਰੀ ਡਿਊਟੀ ਨਹੀਂ ਹੈਗੀ ਅੱਜ, ਵੀ ਮੈਂ ਤਾਂ ਕਰ ਨਹੀਂ ਸਕਦਾ ਹੈਗਾ। ਉਹਨਾਂ ਸਾਨੂੰ ਸਾਫ਼ ਜਵਾਬ ਦਿੱਤਾ। ਕੀ ਕਹਿਣਾ ਚਾਹੁੰਦੇ ਸਰਕਾਰ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀ ਸਾਡੀ ਖੱਜਲ ਖੁਆਰੀ ਆ, ਲੋਕਾਂ ਦੀ ਖੱਜਲ ਖੁਆਰੀ ਆ, ਉਹ ਬੰਦ ਕੀਤੀ ਜਾਵੇ ਅਤੇ ਟਾਈਮ ਸਿਰ ਕੰਮ ਹੋਣ, ਸਾਡੇ ਦਫ਼ਤਰਾਂ ਦੇ ਵਿੱਚ ਕੰਮ ਹੋ ਜਾਣ। ਪਰ ਮਾਨ ਸਾਹਿਬ ਤਾਂ ਕਹਿੰਦੇ ਸੀ ਵੀ ਦਫ਼ਤਰਾਂ ਦੇ ਕੰਮ ਵੀ ਘਰਾਂ ਜਾ ਕੇ ਵੀ ਹੋ ਸਕਦੇ ਨੇ। ਉਹ ਤਾਂ ਬਹੁਤ ਵੱਡੀਆਂ ਗੱਲਾਂ ਨੇ ਜੀ, ਅਸੀਂ ਤਾਂ ਇਹੀ ਕਹਿੰਦੇ ਦਫ਼ਤਰਾਂ ਦੇ ਵਿੱਚ ਹੀ ਹੋ ਜਾਣਾ, ਘਰਾਂ 'ਚ ਤਾਂ ਬਹੁਤ ਵੱਡੀਆਂ ਗੱਲਾਂ, ਘਰਾਂ 'ਚ ਤਾਂ ਕਰ ਨਹੀਂ ਸਕਦੇ ਹੈਗੇ, ਇਹ ਨਾ ਹੋ ਸਕਣ ਇਹ। ਕੀ ਨਾਮ ਹੈ ਤੁਹਾਡਾ? ਮਨਜੀਤ ਕੌਰ। ਕਿਹੜੇ ਪਿੰਡ ਤੋਂ ਆਏ? ਪਿੰਡ ਰਾਜਪੁਰਾ ਜੀ।
ਕੀ ਕੰਮ ਸੀਗਾ ਤੁਸੀਂ ਇੱਥੇ? ਅਸੀਂ ਬੇਬੇ ਮੇਰੀ 100 ਸਾਲ ਦੀ ਆ, ਮੇਰੀ ਗੁੜੀਆ 11 ਸਾਲ ਦੀ, ਬਹੁਤ ਲੇਟ ਆ, ਡੈਡੀ ਉਹਦੇ ਸਿਰ 'ਤੇ ਹੈ ਨਹੀਂ। ਅਸੀਂ ਬੇਬੇ ਦਾ ਅੱਜ ਉਹਦੇ ਨਾਂ ਕਰਾਉਣ ਆਏ ਸੀ ਗੁੜੀਆ ਦੇ, ਜ਼ਮੀਨ ਉਹਨਾਂ ਦੇ ਨਾਂ ਚੜ ਗਈ ਸੀ। ਆਹ ਮੇਰੀ ਗੁੜੀਆ, ਅਸੀਂ ਸਵੇਰ ਦੇ ਬੈਠੇ ਹਾਂ ਭੁੱਖਾਂ ਭਾਣੇ, ਉਵੇਂ ਹੀ ਮੇਰੀ ਗੁੜੀਆ ਵੀ ਬਿਮਾਰ ਆ, ਮੇਰੀ ਸੱਸ ਵੀ ਬਿਮਾਰ ਆ, ਦੇਖੋ ਜਾ ਕੇ ਅੰਦਰੋਂ ਬੈਠੀ ਆ। ਕੀ ਕੰਮ ਸੀ? ਰਜਿਸਟਰੀ ਕਰਾਉਣੀ ਸੀ। ਕੀ ਕਿਹਾ ਗਿਆ ਅੰਦਰੋਂ ਤੁਹਾਨੂੰ? ਅੰਦਰੋਂ ਕਹਿੰਦੇ 10 ਮਿੰਟ ਬਾਅਦ ਹੁਣ ਹੀ ਆ ਰਹੇ ਨੇ ਤਹਿਸੀਲਦਾਰ, ਤੁਸੀਂ ਬੈਠੋ। ਸਵੇਰ ਦੇ ਸਾਡੇ 10 ਮਿੰਟ ਨਹੀਂ ਹੋਏ ਬੇਬੇ ਨੂੰ, ਅਸੀਂ ਤੁਸੀਂ ਕੀ ਕਹੋਗੇ, ਬਾਥਰੂਮ ਤੱਕ ਵੀ ਨਹੀਂ ਮੈਂ ਲੈ ਕੇ ਗਈ, ਉਹਨੂੰ ਲੈ ਕੇ ਕਿੱਥੇ ਜਾਵਾਂ। 100 ਸਾਲ ਦੀ ਬੈਠੀ ਆ, ਸਵੇਰੇ ਇੱਕ ਇੱਕ ਰੋਟੀ ਖਵਾ ਕੇ ਇਹਨਾਂ ਨੂੰ ਲਿਆਈ ਸੀ। ਆਹ ਮੇਰੀ ਅਸੀਂ 11 ਵਜੇ ਆ ਗਏ ਸੀ। ਅਤੇ ਹੁਣ ਲੱਗਦਾ ਤੁਹਾਨੂੰ 7 ਵੱਜਣੇ ਵਾਲੇ ਆ ਵੀ? ਹਾਂ, ਕਹਿੰਦੇ ਹੁਣ ਵੀ ਆਏ 10 ਮਿੰਟ 'ਚ, ਹੁਣ ਵੀ ਆਏ ਦਾ 10 ਤਾਂ ਫਿਰ ਤਾਂ ਮੈਨੂੰ ਲੱਗਦਾ ਅੱਧਾ ਘੰਟਾ ਫਿਰ ਹੋ ਗਿਆ। ਗੁਰਮੀਤ ਕੌਰ ਆ। ਕਿਹੜੇ ਪਿੰਡ ਤੋਂ ਆਏ ਤੁਸੀਂ? ਪੂਰੇ ਭਵਾਨੀਗੜ ਮੈਂ ਕੋਲ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਬੈਠਿਆਂ ਨੂੰ? ਕੀ ਕੰਮ ਆਏ ਸੀ ਤੁਸੀਂ? ਅਸੀਂ 10 ਵਜੇ ਤੇ ਬੈਠਿਆ ਵੀਰ ਜੀ। ਕੀ ਕੰਮ ਸੀਗਾ ਤੁਹਾਡਾ? ਸਾਰਾ ਰਜਿਸਟਰੀ ਦਾ ਕੰਮ ਸੀ। ਕੀ ਕੰਮ ਹੋਇਆ ਨਹੀਂ ਤੁਹਾਡਾ? ਨਾ ਹੋਇਆ ਨਹੀਂ ਵੀਰ। ਤੁਹਾਨੂੰ ਇਹਨਾਂ ਦਫ਼ਤਰਾਂ ਵੱਲੋਂ ਕੀ ਕਿਹਾ ਗਿਆ? ਦਫ਼ਤਰ ਵੱਲੋਂ ਇਹੀ ਗੱਲ ਕਹਿੰਦੇ ਵੀ ਅਸੀਂ ਆਉਣੇ ਹਾਂ 10 ਮਿੰਟਾਂ ਨੂੰ ਜੀ, ਆਉਣੇ ਆਉਣੇ ਹਾਂ, ਅਸੀਂ ਤੜਕੇ ਦੇ ਰੋਟੀ ਪਾਣੀ ਕੁਛ ਨਹੀਂ ਖਾਇਆ, ਐਵੇਂ ਬੈਠੇ ਤੜਕੇ ਦੇ ਭੁੱਖਣ ਬਾਣੇ ਬੈਠੇ ਹੁਣ, ਘਰ ਕੰਮ ਵੀ ਸਾਰਾ ਐਂ ਖਰਾਬ ਹੋ ਰਿਹਾ, ਨਾ ਕਰੇ ਵੀ ਬੱਚਿਆਂ 'ਤੇ ਵੀ ਕੰਮ ਕਰ ਲਾਂ। ਸਰ ਤੜਕੇ 'ਤੇ ਬੈਠੇ 10 ਮਿੰਟ ਆਉਣੇ, 10 ਮਿੰਟ ਹੁਣ ਵੀ ਅਸੀਂ ਜਾਣਾ ਜਾਣ ਲੱਗੇ ਅਤੇ ਘਰ ਨੂੰ ਕਹਿੰਦੇ ਵੀ 10 ਮਿੰਟਾਂ ਨੂੰ ਆ ਰਹੇ, 10 ਮਿੰਟ ਹੋ ਰਹੇ ਨੇ। ਸੋ ਇਸ ਮੌਕੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਦਾ ਜੰਮ ਕੇ ਵਿਰੋਧ ਕੀਤਾ ਹੈ ਅਤੇ ਦੱਸਿਆ ਹੈ ਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਬੁਰਾ ਹਾਲ ਹੈ। ਸਰਕਾਰੀ ਬਾਬੂਆਂ ਵੱਲੋਂ ਆਮ ਲੋਕਾਂ ਦੇ ਕੰਮ ਕਰਨ ਤਾਂ ਦੂਰ ਦੀ ਗੱਲ, ਪਰ ਗੱਲ ਸੁਣਨ ਲਈ ਵੀ ਕੋਈ ਤਿਆਰ ਨਹੀਂ। ਖੈਰ, ਪੰਜਾਬ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਲੋੜ ਹੈ। ਹਕੀਕੀ ਟੀਵੀ ਪੰਜਾਬੀ ਲਈ ਭਵਾਨੀਗੜ੍ਹ ਤੋਂ ਅਨਿਲ ਜੈਨ ਦੀ ਰਿਪੋਰਟ।